ਕੇਂਦਰੀ ਮੰਤਰੀ ਨਿਤਿਨ ਗਡਕਰੀ ਦੀ ਚਿੱਠੀ ਤੋਂ ਬਾਅਦ ਪੰਜਾਬ ਤੇ ਕੇਂਦਰ ਵਿੱਚ ਫਿਰ ਠਣ ਗਈ ਹੈ। ਮਸਲਾ ਹੈ NHAI ਦੇ ਪ੍ਰੋਜੈਕਟਸ ਨੂੰ ਲੈ ਕੇ ਰੁੱਖ ਕੜਾ ਬਣਾਇਆ ਹੈ ਨਿਤਿਨ ਗਡਕਰੀ ਨੇ। ਪੰਜਾਬ ਸਰਕਾਰ ਤੇ ਪੁਲਿਸ ਵਿਭਾਗ ਤੇ ਆਰੋਪ ਲੱਗ ਰਹੇ ਨੇ ਕਿ NHAI ਦੇ ਪ੍ਰੋਜੈਕਟਸ ਨੂੰ ਕਿਸਾਨ ਜਿਹੜੇ ਹੈਗੇ ਨੇ ਉਹ ਵਿਰੋਧ ਕਰ ਰਹੇ ਨੇ, ਉਹ ਬਣਨ 'ਚ ਦੇਰੀ ਹੋ ਰਹੀ ਹੈ। ਲੇਕਿਨ ਇਹ ਮਸਲਾ ਹਾਈਕੋਰਟ ਵਿੱਚ ਵੀ ਪਹਿਲਾਂ ਹੀ ਚੱਲਦਾ ਪਿਆ। ਆਖਿਰ ਗੱਲ ਕਿੱਥੇ ਫਸੀ ਹੋਈ ਹੈ, ਕੀ ਇਸ਼ੂ ਹੈ, ਸਾਰਾ ਜਿਹੜਾ ਰੌਲਾ ਆਖਿਰ ਕਿੱਥੋਂ ਸ਼ੁਰੂ ਹੋਇਆ? ਸਾਡੇ ਨਾਲ ਸੀਨੀਅਰ ਐਡਵੋਕੇਟ ਨੇ ਚੇਤਨ ਮਿੱਤਲ, ਜਿਹੜੇ NHAI ਵੱਲੋਂ ਹਮੇਸ਼ਾ ਪੇਸ਼ ਹੁੰਦੇ ਰਹੇ ਨੇ। ਔਰ ਇੱਕ ਗੱਲ ਦੱਸਦਾ ਕਿ 23 ਅਗਸਤ ਨੂੰ ਹੁਣ ਹਾਈਕੋਰਟ ਨੇ ਪੰਜਾਬ ਦੇ ਚੀਫ ਸੈਕਟਰੀ ਨੂੰ ਵੀ ਹਿਦਾਇਤ ਦਿੱਤੀ ਹੈ। ਮਿੱਤਲ ਸਾਹਿਬ, ਮਸਲਾ ਕਿੱਥੋਂ ਸ਼ੁਰੂ ਹੋਇਆ, ਕਿੱਥੋਂ ਕਹਾਣੀ ਸ਼ੁਰੂ ਹੋਈ? ਕਿਉਂਕਿ ਹਾਈਕੋਰਟ ਵਿੱਚ ਤਾਂ ਆਪਾਂ ਦੇਖ ਰਹੇ ਹਾਂ ਕਿ ਪਿਛਲੇ ਕੁਝ ਸਮੇਂ ਤੋਂ ਇਹ ਲਗਾਤਾਰ ਇਸ਼ੂ ਸਾਹਮਣੇ ਆ ਰਿਹਾ। ਇਹ ਦੋ ਤਰ੍ਹਾਂ ਦੇ ਮੁੱਦੇ ਪੰਜਾਬ ਐਂ ਹਰਿਆਣਾ ਹਾਈਕੋਰਟ 'ਚ ਆਏ। ਇੱਕ ਮੁੱਦਾ ਇਹ ਆਇਆ ਕਿ ਜਿਹੜੇ ਸਾਡੇ ਐਗਜ਼ਿਸਟਿੰਗ NHAI ਦੇ ਟੋਲ ਪਲਾਜ਼ਾਸ ਦੀ ਉਸ 'ਤੇ ਡਿਸਟਰਬੈਂਸ ਹੋਣੀ ਸ਼ੁਰੂ ਹੋਈ। ਇਹ 2022-23 ਤੋਂ ਸਾਰੀ ਗੱਲਾਂ ਸ਼ੁਰੂ ਹੋਈਆਂ ਜਦ ਸਾਡੇ ਟੋਲ ਪਲਾਜ਼ਾ ਨੋਟ ਓਨਲੀ ਬੰਦ ਕਰ ਦਿੱਤੇ ਗਏ ਕੁਝ ਜਗ੍ਹਾ ਜਿਹੜੇ ਬੰਦੇ ਉੱਥੇ ਬੈਠੇ ਸੀ ਉਹਨਾਂ ਨੇ ਹੀ ਕੁਲੈਕਸ਼ਨ ਕਰਨੀ ਸ਼ੁਰੂ ਕਰਤੀ, ਜਿਸ ਦੇ ਨਾਲ ਮੈਨੂੰ ਇਹ ਲੱਗਦਾ ਸੀ ਕਿ ਰਾਦਰ ਫਾਰਮਰ ਦੇ ਨਾਮ ਦੇ ਉੱਪਰ ਉਹਨਾਂ ਨੇ ਬਦਨਾਮੀ ਕਰਨ ਦੀ ਕੋਸ਼ਿਸ਼ ਕੀਤੀ ਸਾਰੀ ਪ੍ਰਕਿਰਿਆ ਨੂੰ। ਇੱਕ ਮੈਟਰ ਉਹ ਅਸੀਂ ਹਾਈਕੋਰਟ 'ਚ ਆਏ, ਉੱਥੇ DGP ਅਡੀਸ਼ਨਲ DGP ਸੀਗੇ ਉਸ ਟਾਈਮ, ਉਹਨਾਂ ਨੇ ਐਫੀਡੇਵਿਟ ਦਿੱਤਾ ਕਿ ਇਹ ਟੋਲ ਪਲਾਜ਼ਾ ਨੂੰ ਛੱਡ ਕੇ ਅਸੀਂ ਪੂਰੇ ਟੋਲ ਪਲਾਜ਼ਾ ਜਿੰਨੇ ਵੀ ਹੈ NHAI ਦੇ ਉਹਨੂੰ ਪ੍ਰੋਟੈਕਸ਼ਨ ਦੇਵਾਂਗੇ। ਅਸੀਂ ਉਸ ਟਾਈਮ ਵੀ ਹਾਈਲਾਈਟ ਕੀਤਾ ਕਿ ਕਰੋੜਾਂ ਰੁਪਏ ਦਾ ਪਰ ਡੇ ਸਾਡਾ ਨੁਕਸਾਨ ਹੁੰਦਾ, ਔਰ ਜਿਹੜਾ ਟੋਲ ਪਲਾਜ਼ਾ ਰਨ ਕਰ ਰਿਹਾ ਉਹਨੇ ਹੀ ਕੰਸਟਰਕਸ਼ਨ ਕਰਕੇ ਉਸ 'ਚੋਂ ਰਿਕਵਰੀ ਕਰਨੀ ਹੁੰਦੀ ਹੈ। ਉਹ ਮਾਮਲਾ ਹਲੇ ਖਤਮ ਹੋਇਆ ਹੀ ਸੀਗਾ ਕਿ ਇੱਕ ਹੋਰ ਮਾਮਲਾ ਜਿਸ ਦੇ ਵਿੱਚ ਅਸੀਂ NHAI ਖੁਦ ਹਾਈਕੋਰਟ 'ਚ ਗਈ, ਉਹ ਮਾਮਲਾ ਪੈਂਡਿੰਗ ਸੀਗਾ DB ਦੇ ਕੋਲ। ਉਹਦੇ 'ਚ ਅਸੀਂ ਡਿਫੀਕਲਟੀਜ਼ ਦੱਸ ਰਹੇ ਸੀ ਕਿ NHAI ਐਕਟ ਦੇ ਅੰਦਰ ਜਿਹੜਾ ਅਵਾਰਡ ਪਾਸ ਕਰਨਾ ਹੈ, ਜਿਹੜੀ ਉਹ ਕੰਪੀਟੈਂਟ ਅਥਾਰਟੀ ਹੈ, ਉਹ ਸਟੇਟ ਦੀ SDM ਵਗੈਰਾ ਨੂੰ ਪਾਵਰ ਡੈਲੀਗੇਟਿਡ ਹੈ। NHAI ਦਾ ਕੋਈ ਅਫਸਰ ਨਹੀਂ ਉਸ 'ਚ ਅਵਾਰਡ ਪਾਸ ਕਰਦਾ। ਉਸ ਤੋਂ ਬਾਅਦ ਜਿਹੜੀ ਐਨਹਾਂਸਮੈਂਟ ਵਾਸਤੇ ਹੈ, ਜਾਂ NHAI ਵੀ ਅਗਰ ਅਗਰੀਵਡ ਹੈ ਕਿ ਇਹ ਬਹੁਤ ਜ਼ਿਆਦਾ ਦਿੱਤੇ ਆ, ਜਿਹੜੇ ਨੈਕਸਟ ਆਰਬੀਟ੍ਰੇਟਰ ਅਪੁਆਇੰਟ ਹੁੰਦੇ ਆ ਉਹ ਕਮਿਸ਼ਨਰ ਹੈਗੇ ਲੈਵਲ ਦੇ ਬੰਦੇ, ਪੰਜਾਬ 'ਚ ਵੀ, ਹਰਿਆਣਾ 'ਚ ਵੀ, ਹਰੇਕ ਜਗ੍ਹਾ, ਅਤੇ ਇਸ 'ਚ NHAI ਦਾ ਕੋਈ ਆਫਿਸਰ ਇਨਵੋਲਵ ਨਹੀਂ ਹੈ। ਅਤੇ ਉਹ ਪ੍ਰਕਿਰਿਆ ਦੇ ਵਿੱਚ ਕਈ ਵਾਰ ਇੱਕ ਤਾਂ ਪ੍ਰੋਬਲਮ ਆਉਂਦੀ ਹੈ ਕਿ ਅਵਾਰਡ ਹੀ ਕਈ ਸਾਲ ਪਾਸ ਨਹੀਂ ਹੁੰਦੇ। ਇੱਕ ਇਹ ਬਹੁਤ ਬੜਾ ਮੁੱਦਾ ਸੀਗਾ। ਉਹਦੇ ਦੇ ਵਿੱਚ NHAI ਵੀ ਡਿਸਸੈਟਿਸਫਾਈਡ ਹੁੰਦਾ, ਫਾਰਮਰ ਵੀ ਹੁੰਦੇ ਆ। ਫੋਰ ਐਗਜ਼ਾਮਪਲ ਕਿ ਅੱਜ ਨੋਟੀਫਿਕੇਸ਼ਨ ਹੋ ਗਈ, ਅਵਾਰਡ ਹੀ 4 ਸਾਲ ਨਹੀਂ ਪਾਸ ਹੋਇਆ। ਐਸ ਪਰ ਦੀ ਐਕਟ, ਕੋਈ ਵੀ ਲੈਂਡ ਐਕੁਜੀਸ਼ਨ ਐਕਟ ਹੈ, ਜਿਸ ਦਿਨ ਨੋਟੀਫਿਕੇਸ਼ਨ ਹੋ ਗਈ ਉਸ ਦਿਨ ਦਾ ਮਾਰਕੀਟ ਰੇਟ ਮਿਲਣਾ, ਔਰ ਸਾਡੇ ਡਿਲੇ ਕਰਕੇ NHAI ਨੂੰ ਨੁਕਸਾਨ ਹੁੰਦਾ ਕਿ ਸਾਨੂੰ ਬਹੁਤ ਬੜਾ ਇੰਟਰਸਟ ਦੇਣਾ ਪੈਂਦਾ। ਫਾਰਮਰ 'ਚ ਰਿਜੈਂਟਮੈਂਟ ਇਹ ਹੁੰਦੀ ਹੈ ਕਿ ਜੀ ਅੱਜ 4 ਸਾਲ 'ਚ ਤਾਂ ਇਹ 2 ਗੁਣਾ 3 ਗੁਣਾ ਰੇਟ ਹੋ ਗਏ ਸਾਨੂੰ। ਇਹ ਅਸੀਂ ਹਾਈਲਾਈਟ ਕੀਤੇ, ਇਹ ਸਾਡੀ ਪ੍ਰੋਬਲਮ ਨਹੀਂ ਸੀ, ਇਹ ਫਾਰਮਰਸ ਦੀ ਵੀ ਪ੍ਰੋਬਲਮ ਸੀ, ਲੈਂਡ ਓਨਰਸ ਦੀ ਵੀ ਸੀ। ਸੈਕਿੰਡਲੀ ਅਸੀਂ ਹਾਈਲਾਈਟ ਕੀਤੇ ਕਿ ਜਿਸ 'ਚ ਅਵਾਰਡ ਪਾਸ ਹੋ ਗਏ, ਅਸੀਂ ਪੈਸੇ ਜਮ੍ਹਾਂ ਕਰਾਤੇ, ਅਸੀਂ 4000 ਕਰੋੜ ਦਾ ਇੱਕ ਅਮਾਊਂਟ ਦੱਸਿਆ ਕਿ ਜਿਹੜਾ SDM ਕੋਲ ਪਿਆ, ਜਿਹੜਾ ਲੈਂਡ ਓਨਰਸ ਨੂੰ ਰਿਲੀਜ਼ ਨਹੀਂ ਹੋਇਆ। ਕਿਹੜੇ ਏਰੀਆ ਦਾ ਪਿਆ? ਇਹ ਡਿਫਰੈਂਟ ਪ੍ਰੋਜੈਕਟਸ ਦਾ ਟੋਟਲ ਅਸੀਂ ਪੰਜਾਬ ਦੇ ਵਿੱਚ। ਇੱਕ ਮਿੱਤਲ ਸਾਹਿਬ, ਮੈਂ ਅੱਗੇ ਵਧਾਂ, ਕਿਹੜੇ ਪ੍ਰੋਜੈਕਟ ਮੇਨ ਰੁਕੇ ਹੋਏ ਨੇ, ਕਿਹੜੇ ਹਾਈਲਾਈਟਸ ਵੀ ਹੋਏ, ਕਿਤੇ ਸੀਗੇ ਤੇ ਪਟੀਸ਼ਨ ਵਿੱਚ? ਟੋਟਲ ਇੱਕ ਲੁਧਿਆਣਾ ਸਾਈਡ ਦੇ ਕੁਝ ਪ੍ਰੋਜੈਕਟਸ ਹੈ, ਇੱਕ ਦਿੱਲੀ ਕਟਰਾ ਮੇਨ ਪ੍ਰੋਜੈਕਟਸ ਹੈ, ਇਸ ਤਰ੍ਹਾਂ ਕੁੱਲ ਮਿਲਾ ਕੇ 15-20 ਪ੍ਰੋਜੈਕਟ ਹੈ, ਇੱਕ ਦੋ ਪ੍ਰੋਜੈਕਟਸ ਨਹੀਂ ਹੈ। ਉਹਦੇ 'ਚ ਦੋ ਤਰ੍ਹਾਂ ਦੀ ਅਸੀਂ ਹਾਈਲਾਈਟ ਕੀਤੀ ਪ੍ਰੋਬਲਮ। ਇੱਕ ਜਦ 80% ਐਕੁਜੀਸ਼ਨ ਪੋਜੈਸ਼ਨ ਹੋ ਕੇ ਕੰਸਟਰਕਸ਼ਨ ਹੋ ਜਾਂਦੀ, ਇੱਕ ਅਪੁਆਇੰਟਿਡ ਡੇਟ ਹੈਗੀ ਹੈ, ਉਸ ਤੋਂ ਉਹਦਾ ਟਾਈਮ ਪੀਰੀਅਡ ਸ਼ੁਰੂ ਹੋ ਜਾਂਦਾ। ਕਾਫੀ ਕਿਲੋਮੀਟਰ ਪ੍ਰੋਜੈਕਟ ਜਿਸ 'ਚ ਕਈ ਹਜ਼ਾਰ ਕਰੋੜ ਰੁਪਇਆ NHAI ਦਾ ਹੋਇਆ, ਉਹ 80% ਵੀ ਪੋਜੈਸ਼ਨ ਨਹੀਂ ਮਿਲਿਆ। ਨੈਕਸਟ ਹੁੰਦਾ 100% ਪੋਜੈਸ਼ਨ, ਉਹਦੇ ਵੀ ਕਈ ਕਿਲੋਮੀਟਰ ਦੇ ਵਿੱਚ ਸਾਨੂੰ 100% ਪੋਜੈਸ਼ਨ ਨਹੀਂ ਮਿਲਿਆ।
ਉਹਦਾ ਇੱਕ ਐਗਜ਼ਾਮਪਲ ਮੈਂ ਤੁਹਾਨੂੰ ਦੱਸਦਾ, ਜਿਹੜੇ ਨੋਰਮਲ ਪਾਰਲੈਂਸ ਹੈ ਕਿ ਅਸੀਂ ਪੂਰੀ ਰੋਡ ਬਣਾਤੀ, ਉਹਦੇ ਵਿੱਚ ਕੁਝ ਕਿਲੋਮੀਟਰ 'ਚ ਪੋਜੈਸ਼ਨ ਹੀ ਨਹੀਂ ਮਿਲਿਆ, ਉਹ ਸੜਕ ਦਾ ਹੀ ਕੋਈ ਫਾਇਦਾ ਨਹੀਂ। ਕਿੰਨੇ ਹਜ਼ਾਰ ਕਰੋੜ ਰੁਪਏ ਸਰਕਾਰ ਦਾ ਪਬਲਿਕ ਫੰਡ ਦਾ ਲੱਗਿਆ ਹੋਇਆ, ਉਹ ਅਗਰ ਕੁਝ ਪੈਚਿਸ ਹੀ ਨਹੀਂ ਮਿਲੇ ਸਾਨੂੰ, ਪੋਜੈਸ਼ਨ ਹੀ ਨਹੀਂ ਮਿਲਿਆ ਜਿਹਦਾ ਅਵਾਰਡ ਹੋ ਚੁੱਕਿਆ, ਔਰ ਗਵਰਨਮੈਂਟ ਦੀ ਲਾਅ ਐਂਡ ਆਰਡਰ ਕਨਵਿੰਸ ਕਰਨਾ, ਬਾਕੀ ਸਟੇਟਸ ਕਿਤੇ ਕੋਈ ਪ੍ਰੋਬਲਮ ਨਹੀਂ ਆ ਰਹੀ, ਰਾਦਰ ਉਹਨਾਂ ਨੂੰ ਕਨਵਿੰਸ ਕਰਨਾ ਕਿ ਅਗਰ ਇੱਥੇ ਸੜਕ ਬਣੇਗੀ ਤੁਹਾਡੀ ਰੇਟ ਵਧਣਗੇ, ਅਗਰ ਤੁਸੀਂ ਕੰਪਨਸੇਸ਼ਨ ਤੋਂ ਡਿਸਸੈਟੀਸਫਾਈਡ ਹੋ, ਅਗਲੀ ਕੋਰਟ 'ਚ ਜਾਣ ਦਾ ਵੀ ਹੈਗਾ, ਉਸ ਤੋਂ ਅਗਲੀ ਕੋਰਟ ਜਾਣ ਦਾ ਵੀ ਪ੍ਰੋਸੀਜਰ ਹੈ। ਕਿਸਾਨ ਇਹ ਕਹਿ ਰਹੇ ਨੇ ਕਿ ਉਹਨਾਂ ਨੂੰ ਜਦੋਂ ਅਵਾਰਡ ਹੁੰਦਾ ਜਾਂ ਲੈਣ ਆਉਂਦੇ ਉਸ ਟਾਈਮ ਰੇਟ ਕੁਛ ਹੁੰਦਾ, ਹੁਣ ਸਾਨੂੰ ਵਧੀਆ ਰੇਟ 'ਚ, ਉਹਨਾਂ ਦੀ ਕੀ, ਉਹਨਾਂ ਦੀ ਵੀ ਪ੍ਰੋਬਲਮ ਮਤਲਬ ਸੁਣਨੀ ਚਾਹੀਦੀ ਹੈ, ਇਹ ਵੀ ਗੱਲ ਕਿਸਾਨ ਕਹਿ ਰਹੇ। ਸਟੇਟ ਦੀ ਡਿਊਟੀ ਹੈਗੀ ਹੈ, ਸਟੇਟ ਫੰਕਸ਼ਨਰੀ ਦੀ ਡਿਊਟੀ ਹੈ ਕਿ ਜਲਦੀ ਤੋਂ ਜਲਦੀ ਅਵਾਰਡ ਪਾਸ ਕਰਨ। ਜਦ ਤੁਸੀਂ ਡਿਲੇ ਕਰ ਦਿਓ ਅਵਾਰਡ ਪਾਸ ਕਰਨ 'ਚ, ਤਾਂ ਇਹ ਰਿਜੈਂਟਮੈਂਟ ਆਉਂਦੀ ਹੈ। ਦੈਨ ਆਲਸੋ ਦੀ ਇਟ ਇਜ਼ ਦੀ ਡਿਊਟੀ ਆਫ ਦੀ ਸਟੇਟ ਗੌਰਮੈਂਟ, ਕਿਉਂਕਿ NHAI ਦਾ ਕੋਈ ਰੋਲ ਨਹੀਂ। NHAI ਨੇ ਪੈਸਾ ਦੇਣਾ, ਅਵਾਰਡ ਸਟੇਟ ਅਥਾਰਟੀਜ਼ ਨੇ ਪਾਸ ਕਰਨਾ, ਐਨਹਾਂਸਮੈਂਟ ਵਾਸਤੇ ਆਰਬੀਟ੍ਰੇਟਰ ਵੀ ਸਟੇਟ ਅਥਾਰਟੀਜ਼ 'ਤੇ ਅਸੀਂ ਡਿਪੈਂਡੈਂਟ ਹਾਂ, ਲਾਅ ਐਂਡ ਆਰਡਰ ਵਾਸਤੇ ਵੀ ਹੈ। ਉਸ ਮੁੱਦੇ ਨੂੰ ਰੱਖਦੇ ਹੋਏ ਜਦ ਅਸੀਂ ਫੈਕਟਸ ਐਂਡ ਫਿਗਰ ਕੋਰਟ 'ਚ ਦਿੱਤੇ, ਤਾਂ ਪਿਛਲੇ October 2023 'ਚ ਡਿਵੀਜ਼ਨ ਬੈਂਚ ਜਸਟਿਸ ਸੁਰੇਸ਼ ਠਾਕੁਰ ਨੇ ਬੜਾ ਡਿਟੇਲ ਡਾਇਰੈਕਸ਼ਨ ਦਿੱਤੀ ਕਿ ਤੁਸੀਂ 2 ਮਹੀਨੇ ਵਿੱਚ ਇਹ ਸਾਰਾ ਕੰਮ ਕਰਕੇ ਦਿਓਗੇ, ਕਿਉਂਕਿ ਇਹ ਨੈਸ਼ਨਲ ਲੈਵਲ ਤੇ ਕਈ ਪ੍ਰੋਜੈਕਟ ਹੈਗੇ। ਦਿੱਲੀ ਕਟਰਾ ਰੋਡ ਹੈ ਫੋਰ ਐਗਜ਼ਾਮਪਲ, ਕੈਥਲ ਤੱਕ ਬਣ ਗਈ ਹੈ, ਕੈਥਲ ਤੋਂ ਅੱਗੇ ਸੜਕ ਹੀ ਨਹੀਂ ਬਣੀ। ਹਰਿਆਣਾ ਦਾ ਫਾਰਮਰ ਇਜ਼ ਵੈਰੀ ਹੈਪੀ ਕਿਉਂਕਿ ਉਹਦੇ ਰੇਟ ਵੱਧ ਗਏ। ਪੰਜਾਬ ਵਾਲੇ 'ਚ ਕਿਸੇ ਨੂੰ ਰਿਲਾਈਜ਼ ਹੀ ਨਹੀਂ ਹੋ ਰਿਹਾ ਕਿ ਅਗਰ ਸੜਕ ਪੂਰੀ ਕੰਪਲੀਟ ਹੋਏਗੀ, ਡਿਵੈਲਪਮੈਂਟ ਹੋਏਗੀ, ਰੇਟ ਵੀ ਵਧਣਗੇ, ਸਭ ਕੁਝ ਫਾਇਦਾ ਹੋਏਗਾ। ਦਿੱਕਤ ਕਿੱਥੇ ਆ ਰਹੀ? ਪੰਜਾਬ ਦੇ ਕਿਸਾਨਾਂ ਪਹਿਲਾਂ ਵੀ ਰੋਡ ਨਿਕਲੇ ਨੇ, ਪ੍ਰੋਜੈਕਟ ਬਣੇ ਨੇ, ਹੁਣ ਕੀ ਉਹ ਕੀ ਸਮਝਦੇ ਨੇ ਕਿ ਉਹਨਾਂ ਨੂੰ ਸਹੀ ਭਾਵ ਨਹੀਂ ਦੇ ਸਕਦੇ, ਕਿੱਥੇ ਮੁਸ਼ਕਲ ਆ ਗਈ ਹੈ, ਸਸਤੀ ਜ਼ਮੀਨ ਲੈ ਰਹੇ ਨੇ, ਇਹ ਉਹਨਾਂ ਦੇ ਰਿਜੈਂਟਮੈਂਟ ਨੇ? ਉਹਦਾ ਰਿਜੈਂਟਮੈਂਟ ਦਾ ਕਾਰਨ ਹੀ ਸਟੇਟ ਅਥਾਰਟੀਜ਼ ਹੈ। ਜਦ ਕੰਪੀਟੈਂਟ ਅਥਾਰਟੀ ਟਾਈਮਲੀ ਅਵਾਰਡ ਨਹੀਂ ਪਾਸ ਕਰੇਗੀ ਤਾਂ ਉਹ ਰਿਜੈਂਟਮੈਂਟ ਹੋਏਗੀ। ਤਦੀ ਅਸੀਂ ਹਾਈਕੋਰਟ 'ਚ ਜਾ ਕੇ ਕਿਹਾ ਕਿ ਇਹ ਟਾਈਮਲੀ ਅਵਾਰਡ ਪਾਸ ਕਰਨ। ਅੱਜ ਤੁਸੀਂ ਅਵਾਰਡ ਦੀ ਨੋਟੀਫਿਕੇਸ਼ਨ ਨੂੰ 3-3, 4-4 ਸਾਲ ਹੋ ਗਏ, ਤੁਸੀਂ ਫੈਸਲਾ ਹੀ ਨਾ ਕਰੋ, ਤਾਂ 4 ਸਾਲ 'ਚ ਅਗਲੇ ਨੂੰ ਲੱਗਦਾ ਕਿ ਅੱਜ ਮੈਂ ਜ਼ਮੀਨ ਮੇਰੇ ਤੋਂ ਲੈ ਰਿਹਾ, ਤਾਂ ਉਹ ਇੱਕ ਕਾਰਨ ਹੈ। ਦੂਜਾ ਕਾਰਨ ਹੈ ਕਿ SDMs ਪੈਸੇ ਨਹੀਂ ਰਿਲੀਜ਼ ਕਰ ਰਹੇ। ਦੇਰ ਆਰ ਅਦਰ ਰੀਜ਼ਨ, ਮੈਂ ਜਿਹੜਾ ਓਪਨਲੀ ਨਹੀਂ ਕਹਿ ਸਕਦਾ, ਇਜ਼ ਅੰਡਰਸਟੈਂਡੇਬਲ ਕਿ 1 ਕਰੋੜ ਰੁਪਏ SDM ਕੋਲ ਪੈਸੇ, ਜਿਹੜੇ ਲੈਂਡ ਓਨਰਸ ਹੈ ਉਹ ਪੈਸੇ ਕਿਉਂ ਨਹੀਂ ਰਿਲੀਜ਼ ਕਰ ਰਹੇ? ਦੇਰ ਇਜ਼ ਸਮਥਿੰਗ ਰੋਂਗ ਇਨ ਦੀ ਸਿਸਟਮ। ਇਹੀ ਡਿਵੀਜ਼ਨ ਬੈਂਚ ਨੇ ਇਹਨਾਂ ਨੂੰ ਕਿਹਾ ਸੀ ਕਿ ਇਹ ਸਾਰਾ ਕੁਝ 2 ਮਹੀਨੇ 'ਚ ਕਰੋ। ਅੱਜ ਆਲਮੋਸਟ 1 ਸਾਲ ਆਉਣ ਵਾਲਾ ਹੈ। ਇਨ ਬਿਟਵੀਨ ਛੋਟੇ ਪੋਜੈਸ਼ਨ ਲੈਂਦੇ ਹੋਏ ਵੀ ਸਾਡੇ ਬੰਦਿਆਂ ਦੀ ਉੱਥੇ ਮਾਰ ਕੁਟਾਈ ਹੋਈ, 7 ਬੰਦੇ ਡਿਟੇਨ ਹੋ ਗਏ, ਬੜੀ ਇਨ ਦੀ ਪ੍ਰੈਜੈਂਸ ਆਫ ਦੀ SDM ਐਂਡ ਐਵਰੀਥਿੰਗ, FIR ਲੌਜ ਹੋ ਗਈ, ਕੋਈ ਕਾਰਵਾਈ ਨਹੀਂ ਹੁੰਦੀ। ਤਾਂ NHAI ਦੇ ਆਫੀਸ਼ਲਸ ਰਿਲਕਟੈਂਟ ਹੋ ਜਾਂਦੇ ਹੈ, ਜਿਹੜਾ ਕੰਟਰੈਕਟਰ ਦੇ ਬੰਦੇ ਆ ਉਹ ਵੀ ਦੌੜ ਜਾਂਦੇ ਆ। ਇਸ ਦੌਰਾਨ ਸਾਨੂੰ 3 ਕੰਟਰੈਕਟ ਆਲਰੇਡੀ ਕੈਂਸਲ ਪਏ, ਜਿਹਨਾਂ ਨੂੰ ਅਸੀਂ ਕੰਸਟਰਕਸ਼ਨ ਦੇ ਰੋਡ ਦਿੰਦੇ, ਜਦ ਉਹਨਾਂ ਨੂੰ ਮਿਲਦੀ ਨਹੀਂ ਰੋਡ ਤਾਂ ਸਾਨੂੰ ਟਰਮੀਨੇਟ ਕਰਨੇ ਪਏ। ਉਹਦਾ 1% ਆਫ ਦੀ ਕੋਸਟ ਸਾਨੂੰ ਦੇਣਾ ਪੈਂਦਾ, 9-10 ਕਰੋੜ ਰੁਪਇਆ ਸੀ, ਉਹ ਵੀ ਨੁਕਸਾਨ ਪਬਲਿਕ ਮਨੀ ਦਾ ਹੋਇਆ। ਅੱਗੇ ਵੀ ਕੰਟਰੈਕਟ 'ਚ ਇਹੀ ਪ੍ਰੋਬਲਮ ਆ ਰਹੀ ਹੈ। ਅੱਜ ਜੋ ਤੁਸੀਂ ਗੱਲ ਸੁਣ ਰਹੇ ਹੋ, ਨਿਤਿਨ ਗਡਕਰੀ ਜੀ ਨੇ ਜਿਹੜੀ ਗੱਲ ਕਹੀ ਹੈ, ਥਰੂ ਵੇਰੀਅਸ ਲੈਟਰਸ ਕਮਿਊਨੀਕੇਟ ਹਾਈਐਸਟ ਲੈਵਲ ਤੱਕ ਅਸੀਂ ਕੀਤਾ, ਉਹ ਸਾਰੀ ਚਿੱਠੀਆਂ ਅਸੀਂ ਐਪਲੀਕੇਸ਼ਨ 'ਚ ਜਿਹੜੀ ਹੁਣ ਅੱਜ ਪਾਈ ਹੈ ਉਹਦੇ 'ਚ ਅਸੀਂ ਨੈਕਸਟ ਕੀਤੀਆਂ। ਇਹ ਨਹੀਂ ਕਿ ਅਸੀਂ ਇੱਕਦਮ ਆ ਗਏ, ਵੀ ਹੈ ਟ੍ਰਾਈ ਟੂ ਪਰਸੂਏਟ ਦੀ ਗਵਰਨਮੈਂਟ ਟੂ ਦੀ ਹਾਈਐਸਟ ਐਟ ਦੀ ਹਾਈਐਸਟ ਲੈਵਲ। ਉਸ ਤੋਂ ਬਾਅਦ ਜਦ ਫਾਈਨੈਂਸ਼ੀਅਲ ਲਾਸ ਆਉਂਦਾ, ਵੀ ਆਰ NHAI ਆਫਟਰ ਆਲ ਪਬਲਿਕ ਨੂੰ ਵੀ ਔਰ ਅਕਾਊਂਟਸ ਨੂੰ ਵੀ ਹਰੇਕ ਚੀਜ਼ ਨੂੰ ਪਬਲਿਕ ਮਨੀ ਨੂੰ ਦੇਖਦੇ ਹੋ, ਦੇ ਆਰ ਆਲਸੋ ਅਕਾਊਂਟੇਬਲ। ਤਾਂ ਅਸੀਂ ਇਹ ਰੇਜ਼ ਕੀਤਾ ਕਿ ਅਗਰ ਇਸ ਤਰ੍ਹਾਂ ਦੇ ਇੰਸੀਡੈਂਟ ਹੋਣਗੇ, ਟੋਟਲ ਪੰਜਾਬ ਦੀ ਡਿਵੈਲਪਮੈਂਟ ਰੁਕ ਜਾਏਗੀ, ਫਰਦਰ ਪ੍ਰੋਜੈਕਟਸ ਲਿਆਉਣੇ ਮੁਸ਼ਕਲ ਹੋ ਜਾਣਗੇ। ਐਗਜ਼ਿਸਟਿੰਗ ਪ੍ਰੋਜੈਕਟ 'ਚ ਹੀ ਕਈ 1000 ਕਰੋੜ ਰੁਪਇਆ ਜਦ ਫਸਿਆ ਹੋਏਗਾ। ਤਾਂ ਨਿਤਿਨ ਗਡਕਰੀ ਜੀ ਨੇ ਇਹ ਰੇਜ਼ ਕੀਤਾ ਮੁੱਦਾ ਪੰਜਾਬ ਸਰਕਾਰ ਦੇ ਨਾਲ। ਹੁਣ ਫਾਈਨਲੀ ਹਾਈਕੋਰਟ ਵਿੱਚ ਜਦੋਂ ਪਰਸੋਂ ਸੁਣਾਈ ਸੀ, ਆਰਡਰ ਅਪਲੋਡ ਲੇਟ ਹੋਇਆ,
ਹੁਣ ਹਾਈ ਕੋਰਟ ਨੇ ਕੀ ਕਿਹਾ ਪੰਜਾਬ ਸਰਕਾਰ ਨੂੰ? ਹਾਈ ਕੋਰਟ ਵਾਸ ਵੈਰੀ ਮੱਚ ਸਰਪ੍ਰਾਈਜ਼ਡ ਕਿ ਅਸੀਂ ਟਾਈਮ ਬਾਉਂਡ ਡਾਇਰੈਕਸ਼ਨ ਦਿੱਤੀ ਸੀ, ਡੀਜੀਪੀ ਨੂੰ ਡਾਇਰੈਕਸ਼ਨ ਸੈਪਰੇਟ ਦਿੱਤੀ ਸੀ, ਅਸੀਂ ਰਾਦਰ ਹੁਣ ਐਪਲੀਕੇਸ਼ਨ ਵਿੱਚ ਡੀਸੀਜ਼ ਤੇ ਐਸਐਸਪੀਜ਼ ਦੇ ਏਰੀਆ ਨੂੰ ਵੀ ਪਾਰਟੀ ਇੰਪਲੀਟ ਕਰਨ ਦੀ ਗੱਲ ਕੀਤੀ। ਕੋਰਟ ਸੈਡ ਕਿ ਲੈਟ ਚੀਫ ਸੈਕਟਰੀ ਫਾਈਲ ਦੀ ਐਫੀਡੈਵਿਟ ਔਨ ਬਿਹਾਫ ਆਫ ਐਵਰੀਬਡੀ ਕਿ ਜਿਹੜੀ ਅਸੀਂ ਆਲਰੇਡੀ 7-8 ਡਾਇਰੈਕਸ਼ਨ ਪਾਸ ਕੀਤੀਆਂ ਸੀ ਉਹਦੀ ਪ੍ਰੋਗਰੈਸ ਕੀ ਹੈ। ਅਸੀਂ ਚਾਰਟ ਪੂਰੇ ਲਗਾਤੇ ਹੈ, ਜਿੱਥੇ 30-30% ਸੀਗੇ ਉੱਥੇ 10% ਸਾਨੂੰ ਐਕਸਟਰਾ ਮਿਲ ਗਿਆ, ਮਤਲਬ 80% ਤੱਕ ਤਾਂ ਅਸੀਂ ਹਲੇ ਵੀ ਕਈ ਪ੍ਰੋਜੈਕਟ 'ਚ ਨਹੀਂ ਪਹੁੰਚ ਸਕੇ। ਕਿੱਥੇ ਮੁਸ਼ਕਿਲ ਹੈ, ਜਿਹੜੀ ਡਾਇਰੈਕਸ਼ਨ ਹਾਈਕੋਰਟ ਵੱਲੋਂ ਸੀਗੀਆਂ ਉਹ ਕਿੱਥੇ ਤੱਕ ਤੁਸੀਂ ਪੂਰੀ ਕੀਤੀ? ਦੈਟ ਇਜ਼ ਰਾਈਟ, ਕਿਉਂਕਿ ਡਾਇਰੈਕਸ਼ਨ ਟਾਈਮ ਬਾਉਂਡ ਸੀਗੀਆਂ ਔਰ ਅਸੀਂ ਉਹਨਾਂ ਨੂੰ ਇਨਫੋਰਮ ਕਰਨਾ ਸੀ, ਅਸੀਂ ਸਾਰੇ ਆਪਣੇ ਵੱਲੋਂ ਇਨਫੋਰਮ ਕੀਤਾ, ਰਿਪੀਟਿਡਲੀ ਅਸੀਂ ਉਹਨਾਂ ਦੇ ਧਿਆਨ 'ਚ ਲੈ ਕੇ ਆਏ ਹਾਂ। ਇਨ ਸਪਾਈਟ ਆਫ ਦੈਟ ਉਸ ਤੇ ਕੋਈ ਵੀ ਐਕਸ਼ਨ ਨਹੀਂ ਹੋਇਆ। ਲਾਸਟ ਸਵਾਲ ਮਿੱਤਰ ਸਾਹਿਬ, ਕਿਆ ਕਿਸਾਨਾਂ ਦੇ ਨਾਲ ਜਾਂ SDM ਜਾਂ NHI ਦੇ ਨਾਲ ਕੋਈ ਜੁਆਇੰਟ ਮੀਟਿੰਗ ਹੋਈ ਕਿਸਾਨਾਂ ਨੂੰ ਸਮਝਾਇਆ ਜਾਏ ਉਹਨਾਂ ਨੂੰ? ਉਹ ਕਹਿੰਦੇ ਸਾਡੀ ਗੱਲ ਵੀ ਸੁਣੀ ਜਾਏ, ਸਾਨੂੰ ਧੱਕਾ ਨਾ ਕੀਤਾ ਜਾਏ, ਉਹਨਾਂ ਵੱਲੋਂ ਵੀ ਕਈ ਵਾਰ ਗੱਲ ਆਈ? ਬਿਲਕੁਲ, ਇਹ ਹੋਣੀ ਚਾਹੀਦੀ ਹੈ। ਅਸੀਂ ਸਾਰੇ ਡਾਟਾ ਜਦ ਪੰਜਾਬ ਸਰਕਾਰ ਦੀ ਮੀਟਿੰਗਾਂ 'ਚ ਉਹਨਾਂ ਨੂੰ ਦੱਸਿਆ, ਇਹ ਕਿਉਂਕਿ ਲੋਕਲ ਲੈਵਲ ਤੇ ਡਿਪਟੀ ਕਮਿਸ਼ਨਰ ਔਰ ਅਦਰ ਜਿਹੜੇ SDMs ਹੈ ਉਹਨਾਂ ਨੇ ਡੀਲ ਕਰਨਾ ਪਬਲਿਕ ਨਾਲ, ਸਾਡੇ ਤੋਂ ਇਨਪੁਟ ਲੈ ਕੇ ਸਾਡੀ ਡਿਫੀਕਲਟੀਜ਼ ਨੂੰ ਅਸੀਂ ਤਾਂ ਪੰਜਾਬ ਸਰਕਾਰ ਨੂੰ ਦੱਸ ਸਕਦੇ ਹਾਂ, ਅਸੀਂ ਡਾਇਰੈਕਟ ਨਹੀਂ ਕਰ ਸਕਦੇ ਕਿਉਂਕਿ ਇਟ ਇਜ਼ ਅ ਸਟੇਟ ਸਬਜੈਕਟ। ਸੋ ਵੀ ਹੈਵ ਕੋਆਪਰੇਟਿਡ, ਵੀ ਆਰ ਰੈਡੀ ਟੂ ਕੋਆਪਰੇਟ ਔਰ ਅਸੀਂ ਆਲਰੇਡੀ ਉਹ ਗੱਲਾਂ ਦੱਸ ਚੁੱਕੇ ਹਾਂ। ਇੰਪਲੀਮੈਂਟੇਸ਼ਨ ਦੀ ਪ੍ਰੋਬਲਮ ਹੈ ਜਿਹੜੀ ਪੰਜਾਬ ਸਰਕਾਰ 'ਚ ਆ ਰਹੀ ਹੈ, ਵਿਲ ਟੂ ਡੂ ਐਂਡ ਦੈਨ ਵਿਲ ਟੂ ਕਨਵੇ। ਜਦ ਤੱਕ ਤੁਸੀਂ ਕਨਵੇ ਨਹੀਂ ਕਰੋਗੇ ਤਦ ਤੱਕ ਇਹ ਪ੍ਰੋਬਲਮਸ ਰਹਿਣਗੀਆਂ। ਬਹੁਤ ਬਹੁਤ ਸ਼ੁਕਰੀਆ। ਤਾਂ ਇਸ ਕਹਿਣਾ ਚਾਹੀਦਾ ਐਡਵੋਕੇਟ ਚੇਤਨ ਮਿੱਤਲ, ਜਿਹੜਾ ਮੁਸ਼ਕਿਲ ਹੈ ਉਹ ਹੈ ਕਿ ਟਾਈਮ ਬਾਉਂਡ ਕਿਹਾ ਸੀਗਾ ਕੋਰਟ ਨੇ, ਹੁਣ 23 ਅਗਸਤ ਨੂੰ ਹਾਈਕੋਰਟ ਵਿੱਚ ਸੁਣਵਾਈ ਹੈ, ਪੰਜਾਬ ਦੇ ਚੀਫ ਸੈਕਟਰੀ ਵੱਲੋਂ ਇੱਕ ਐਫੀਡੇਵਿਟ ਦਿੱਤਾ ਜਾਵੇਗਾ ਕਿ ਪਿਛਲੀ ਵਾਰ ਜਦੋਂ ਹਾਈਕੋਰਟ ਨੇ ਡਾਇਰੈਕਸ਼ਨਾਂ ਦਿੱਤੀਆਂ ਸੀਗੀਆਂ ਉਹਦੀ ਪਾਲਣਾ ਕਿੱਥੇ ਤੱਕ ਹੋਈ, ਮੁਸ਼ਕਿਲ ਕਿਉਂ ਆ ਰਹੀ ਹੈ, ਔਰ ਕਿਆ ਕਿਸਾਨਾਂ ਦੀ ਵੀ ਗੱਲ ਸਟੇਟ ਸਰਕਾਰ ਹੈ ਜਾਂ DC ਹੈ ਉਹ ਕਿਉਂ ਨਹੀਂ ਸਮਝ ਪਾ ਰਹੇ ਹੈ, ਇਹ ਵੀ ਇੱਕ ਵੱਡਾ ਇਸ਼ੂ ਹੈ। ਵੀਡੀਓ ਜਰਨਲਿਸਟ ਅਜੇ ਦੇ ਨਾਲ ਉਮੇਸ਼ ਸ਼ਰਮਾ, ਨਿਊਜ਼ 18 ਚੰਡੀਗੜ੍ਹ।